ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦਿਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰੰ ਫਰਮਾਇਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਇਸ ਤੋਂ ਪਹਿਲੇ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਸ਼ੇਖ ਰਸ਼ੀਦ ਦੀ ਲਾਲ ਹਵੇਲੀ ਜਿਹੜੀ ਹੈ ਉਹ ਹਕੂਮਤ ਪੰਜਾਬ ਦੀ ਮਲਕੀਅਤ ਮਹਿਕਮਾ ਔਕਾਫ ਦੀ ਮਲਕੀਅਤ ਹੈ ਉਹਦੇ ਉੱਤੇ ਦਿਹਾੜੀ ਅੱਧੀ ਦੇ ਵਿੱਚ ਇਨਸ਼ਾਅੱਲਾ ਤਾਲਾ ਆਪਰੇਸ਼ਨ ਹੋਏਗਾ ਔਰ ਇਹ ਲਾਲ ਹਵੇਲੀ ਜਿਹੜੀ ਹੈ ਇਹ ਸ਼ੇਖ ਰਸ਼ੀਦ ਦੇ ਕਬਜ਼ੇ ਦੇ ਵਿੱਚੋਂ ਛਡਾ ਕੇ ਤੇ ਪੰਜਾਬ ਦੇ ਆਵਾਮ ਦੇ ਹਵਾਲੇ ਕੀਤੀ ਜਾਏਗੀ ਮਹਿਕਮਾ ਪੰਜਾਬ ਦਾ ਜਿਹੜਾ ਓਕਾਫ ਹੈ ਉਹਦੇ ਹਵਾਲੇ ਕੀਤੀ ਜਾਏਗੀ ਤੇ ਜ਼ਹਰੀ ਗੱਲ ਉਸ ਤੋਂ ਬਾਅਦ ਉਹਨੂੰ ਇੱਕ ਤੁਸੀਂ ਕਹਿ ਸਕਦੇ ਹੋ ਸੈਰੋ سیاحت ਦਾ ਇੱਕ ਮਕਾਮ ਜਿਹੜਾ ਉਹ ਬਣਾਉਣਾ ਚਾਹੀਦਾ ਸਾਡੀ ਨਜ਼ਰ ਦੇ ਵਿੱਚ ਤਾਂ ਕਿ ਲੋਕੀ ਆ ਕੇ ਵੇਖਣ ਔਰ ਉੱਥੇ ਕਾਫੀ ਸ਼ਾਪ ਬਣਨੀ ਚਾਹੀਦੀ ਹੈ ਉਸ ਤੇ ਬਹਿਣ ਵਾਲੀ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਯਾਦਗਰੀ ਜਿਹੜੀ ਹੈ ਉਹ ਬਣਾਨੀ ਚਾਹੀਦੀ ਹੈ ਤੇ ਇਹ ਸ਼ੇਖ ਰਸ਼ੀਦ ਸਾਹਿਬ ਦੀ ਜਿਹੜੀ ਇਹ ਲਾਲ ਹਵੇਲੀ ਹੈ ਇਹ ਵੀ ਵਾਪਸ ਹੋਣ ਜਾ ਰਹੀ ਹੈ ਅਗਲੇ 2-4 ਦਿਨ ਦੇ ਵਿੱਚ ਇਹ ਅਸੀਂ ਤੁਹਾਨੂੰ ਕਹਿ ਚੁੱਕੇ ਹਾਂ ਹੁਣ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਮਰੀਮ ਨਵਾਜ਼ ਸਾਹਿਬਾ ਦੀ ਪਾਕਿਸਤਾਨ ਵਾਪਸੀ ਬੜੇ ਬੜੇ ਖੜਾਕ ਜਿਹੜੇ ਨੇ ਉਹ ਹੋਣੇ ਨੇ ਯਕੀਨ ਕਰ ਉਸ ਤੋਂ ਬਾਅਦ ਅਗਲੀ ਖਬਰ ਹੋਏਗੀ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਤਾਰੀਖ ਆ ਗਈ ਤੇ ਤੀਸਰੀ ਖਬਰ ਹੋਏਗੀ ਇਮਰਾਨ ਖਾਨ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਹੁਣ ਬਾ ਆਣ ਵਾਲੀਆਂ ਕਿਉਂਕਿ ਕੰਮ ਨੇੜੇ ਨੇੜੇ ਜੋ ਆ ਗਿਆ ਤੇ ਇਹ ਸਾਰੇ ਕੰਮ ਜਿਹੜੇ ਨੇ ਅੱਛੇ ਤੇ ਬੜੀ ਦੇਰ ਦਾ ਕਹਿ ਰਹੇ ਆ ਕਿ ਜਲਦੀ ਜਲਦੀ ਮੁਕਾਓ ਯਾਰ ਇਹ ਖਤਮ ਕਰੋ ਹੁਣ ਕਾ ਪਾਕਿਸਤਾਨ ਨੂੰ ਅੱਗੇ ਜਾਣਾ ਚਾਹੀਦਾ ਡਾਲਰ ਕਿੱਥੇ ਚਲਾ ਗਿਆ ਹੁਣ ਡਾਲਰ ਜਿਹੜਾ ਅਫਗਾਨਿਸਤਾਨ ਸਾਰਾ ਪੇਛੜਿਆ ਨਨਕਿਆਂ ਖਾਨ ਸਾਹਿਬ ਨੇ ਤੇ ਉੱਥੇ ਡਾਲਰ ਉੱਥੇ ਹੀ ਚੜਨਾ ਥੱਲੇ ਤੇ ਨਹੀਂ ਨ ਜਾਣਾ ਇਹ ਜਿੰਨਾ ਕੋਈ ਵਿਗਾੜ ਪੈਦਾ ਕੀਤਾ ਪਿਛਲੇ 4 ਸਾਲ ਦੇ ਵਿੱਚ ਔਰ 10 ਸਾਲ ਦੀ ਜਿਹੜੀ ਹਕੂਮਤ ਪਖਤੂਨ ਹਾ ਦੀ ਤੇ ਡਾਲਰ ਥੱਲੇ ਦੀ ਬਜਾਏ ਉੱਥੇ ਹੀ ਜਾਣਾ ਸੀ ਮਤਲਬ ਕਿੱਥੇ ਨਵਾਸੀ ਡਾਲਰ 80 ਰੁਪਏ ਦਾ ਛੱਡ ਕੇ ਗਿਆ ਔਰ ਪੈਟਰੋਲ 50 ਰੁਪਏ ਲੀਟਰ ਛੱਡ ਕੇ ਗਿਆ ਚੀਨੀ ਜਿਹੜੀ ਹੈ 20 ਰੁਪਏ ਕਿਲੋ ਛੱਡ ਕੇ ਗਿਆ ਆਟਾ ਮੁਫਤ ਛੱਡ ਕੇ ਗਿਆ ਤੇ ਵੇਖ ਲਓ ਤੁਹਾਡੇ ਸਾਹਮਣੇ ਇਹ ਇਹ ਮੁੰਡਿਆਂ ਖੁੰਡਿਆਂ ਨੇ ਕੀ ਕੀਤਾ ਔਰ ਜਿਹੜੇ ਲੈ ਕੇ ਆਏ ਸੀ ਉਹ ਆਪ ਨਸ ਗਏ ਨੇ ਕੋਈ ਦੁਬਈ ਕੋਈ 사ઉਦੀਆ ਕੋ ਆਸਟ੍ਰੇਲੀਆ ਪਤਾ ਨਹੀਂ ਕਿੱਥੇ ਕਿੱਥੇ ਆਪਣਾ ਬਾਲ ਬੱਚਾ ਲੈ ਕੇ ਪਾਪਾ ਜਿਹਾ ਉਹਨ ਪੀਜ਼ੇ ਬਣਾ ਕੇ ਬੈਠੇ ਤੇ ਭੁਗਤਦੀ ਆਵਾਮ ਹੈ ਪਈ ਇਹ ਡਾਲਰ ਵੱਧ ਗਿਆ ਤੇ ਡਾਲਰ ਵੱਧ ਗਿਆ ਤੇ ਫੜੋ ਨਾ ਜਾ ਕੇ Imran Khan ਸਾਹਿਬ ਬਤੂ ਕੀ ਕੀਤਾ ਸਾਡੇ ਨਾਲ 4 ਸਾਲ ਇਹ ਡਾਲਰ ਕਿਉਂ ਅਫਗਾਨਿਸਤਾਨ ਸੰਬੰਧ ਕਰਦਾ ਰਿਹਾ ਪਰਦੇ ਨਹੀਂ ਜਾ ਕੇ ਉਹਨੂੰ ਸੋਸ਼ਲ ਮੀਡੀਆ ਤੇ ਆਂਦੇ ਨੇ ਬੜਾ ਡਾਲਰ ਜਿਹੜਾ ਉਹ ਵੱਧ ਗਿਆ ਅੱਛਾ ਖਬਰਾਂ ਤੇ ਆਜੋ ਮਰੀਮ ਨਵਾਜ਼ ਦੀ ਵਤਨ ਵਾਪਸੀ ਅੱਜ ਦੁਪਹਿਰ 2 ਵਜੇ ਲਾਹੌਰ 에ਰਪੋਰਟ ਦੇ ਵਿੱਚ ਉਹਨਾਂ ਨੇ ਉਤਰਨਾ ਇਹ ਬਹੁਤ ਵੱਡਾ ਤੁਸੀਂ ਕਹਿ ਲੋ ਕਿ Imran Khan ਸਾਹਿਬ ਵਾਸਤੇ ਇਹ ਸਦਮਾ ਅਸੀਂ ਤੁਹਾਨੂੰ ਕਿਹਾ ਸੀ ਕਿ ਇਹਦੀ ਪਾਰਟੀ ਜਿਹੜੀ ਹੈ ਉਹਦੇ ਛੋਟੇ ਛੋਟੇ ਟੋਟੇ ਹੁਣ ਹੋਣਗੇ ਜਿਹੜੇ ਕਿ ਹੋ ਰਹਿਣ ਪਖਤੂਨ ਹਾ ਦੇ ਵਿੱਚ ਪਾਰਟੀ ਦਾ ਨਾਮ ਉਹ ਨਿਸ਼ਾਨ ਖਤਮ ਹੋ ਚੁਕਿਆ ਹੈ ਕਈ ਲੋਕ ਮੌਲਾਨਾ ਸਾਹਿਬ ਦੀ ਪਾਰਟੀ ਵੱਲ ਚਲੇ ਗਏ ਨੇ ਕਈ ਪੀਪਲਸ ਪਾਰਟੀ ਵੱਲ ਚਲੇ ਗਏ ਨੇ ਔਰ ਕਈ ਸੱਜੇ ਖੱਬੇ ਜਿਹੜੇ ਨੇ ਤਿੱਤਰ-ਬਿੱਤਰ ਹੋ ਗਏ ਦੂਰ-ਦੂਰ ਤੱਕ ਕੋਈ ਤਰੀਕੇ ਇਨਸਾਫ ਤੁਹਾਨੂੰ ਨਜ਼ਰ ਨਹੀਂ ਆਏਗੀ 10 ਸਾਲ ਹਕੂਮਤ ਕੀਤੀ ਇਹ ਪਖਤੂਨ ਹਾ ਔਰ 10 ਸਾਲਾਂ ਦੇ ਵਿੱਚ ਇੱਕ ਇੱਟ ਜਿਹੜੀ ਹੈ ਇੱਕ ਸਕੂਲ ਇੱਕ ਕਾਲਜ ਇੱਕ ਯੂਨੀਵਰਸਿਟੀ ਇੱਕ ਹਸਪਤਾਲ ਕੋਈ ਚੀਜ਼ ਨਹੀਂ ਬਣਾ ਸਕਿਆ ਹੁਣ ਫਿਰ ਕਹਿੰਦਾ ਮੈਂ 2/3 ਅਕਸਰੀਅਤ ਲੈ ਕੇ ਆਣੀ ਦੋ ਤੇ ਆਈ ਅਕਸਰੀਅਤ ਕਿੱਥੋਂ ਲੈ ਕੇ ਆਣੀ ਹੈ ਕਿਹਦੇ ਕੋਲੋਂ ਲੈ ਕੇ ਆਏ ਉਹ ਕਿਹਦਾ ਨਾਂ ਹੈ ਦੋ ਤਹਾਈ ਅਕਸਰੀਅਤ ਮਰੀਮ ਨਵਾਜ਼ ਦੀ ਵਾਪਸੀ ਜਨਾਬ ਹੋ ਰਹੀ ਹੈ ਤੇ ਸੁਣਨ ਆ ਚਾਰਿਆ ਕਿ ਬੜੀ ਜਾਰਹਾਨਾ ਸਿਆਸਤ ਹੋਏਗੀ ਇੱਥੇ ਦਾ ਜਵਾਬ ਪੱਥਰ ਨਾਲ ਦਿੱਤਾ ਜਾਏਗਾ ਔਰ ਬੜੇ ਬੜੇ ਇਨਕਸ਼ਾਫਾਤ ਹੋਣਗੇ ਔਰ ਕਿਰਦਾਰ ਜਿਹੜੇ ਨੇ ਉਹ ਬੇਨਕਾਬ ਹੋਣਗੇ ਯਾਨੀ ਕਿ ਅੱਜ ਪਾਕਿਸਤਾਨ ਦੇ ਵਿੱਚ ਡਾਲਰ ਦਾ ਜੋ ਹਾਲਾਤ ਨੇ ਇਹ ਡਾਲਰ ਨੂੰ ਇੱਥੇ ਪਹੁੰਚਾਣ ਤੱਕ ਕਿਰਦਾਰ ਵੀ ਤੇ ਹਨ ਇੱਕ ਤੇ ਕਿਰਦਾਰ ਜਿਹੜਾ ਉਹ ਲੱਤਾ ਮੰਨ ਕੇ ਜ਼ਮਾਨਪਾਰਕ ਵਿੱਚ ਬੈਠਾ ਇੱਕ ਕਿਰਦਾਰ ਜਿਹੜਾ ਉਹ ਪਖਤੂਨਹਾ ਦੇ ਵਿੱਚ ਬੈਠਾ ਅਲੀ ਅਮੀਨ ਗੰਡਾਪੁਰ ਔਰ ਇਨਾਂ ਕਿਰਦਾਰਾਂ ਦੇ ਦਰਮਿਆਨ ਵੀ ਤੇ ਚਾਰ ਪੰਜ ਕਿਰਦਾਰ ਹੈ ਨਾ ਜਿਹੜੇ ਬੜੇ ਇhtimam ਦੇ ਨਾਲ ਡਾਲਰ ਅਫਗਾਨਿਸਤਾਨ ਸਮਗਲ ਕਰਦੇ ਸੀ ਉਹ ਕਿਰਦਾਰ ਨੰਗੇ ਹੋਣਗੇ ਮਰੀਮ ਨਵਾਜ਼ ਸ਼ਰੀਫ ਤੇ ਆਨ ਨਾਲ ਉਹ ਕਿਰਦਾਰ ਨੰਗੇ ਆਉਣਗੇ ਉਹਨਾਂ ਤੋਂ ਪਰਦੇ ਉੱਠਣਗੇ ਆਵਾਮ ਨੂੰ ਪਤਾ ਚੱਲੇਗਾ ਹਕੀਕਤ ਦਾ ਕਿ ਪੰਜਾਬ ਦੇ ਜਿਹੜੇ 20 ਹਲਕਿਆਂ ਦੇ ਵਿੱਚ ਜ਼ਿਮਨੀ ਇਲੈਕਸ਼ਨ ਹੋਏ ਸੀ ਬਾਜਵੇ ਦੇ ਹੁੰਦਿਆਂ ਔਰ ਫੈਜ਼ ਦੇ ਹੁੰਦਿਆਂ ਉਹ ਕਿੰਨੇ ਜਿਤਾਏ ਕਿੰਨੂੰ ਖੁਸ਼ ਕਰਨ ਵਾਸਤੇ ਜਿਤਾਏ ਉਸ ਤੋਂ ਬਾਅਦ پرویزਲਾਈ ਨੂੰ ਮੁਸੱਲਤ ਪੰਜਾਬ ਤੇ ਕਿੰਨੇ ਕੀਤਾ ਹਮਜ਼ਾ ਦੀ ਹਕੂਮਤ ਗਿਰਾ ਕੇ ਕਿੰਨੇ ਕੀਤਾ ਸੁਪਰੀਮ ਕੋਰਟ ਦੇ ਜੱਜਾਂ ਨੇ ਕਿਦੇ ਕਹਿਣ ਤੇ ਫੈਸਲਾ ਦਿੱਤਾ ਕਿ پرویزਲਾਈ ਸਾਡਾ ਵਜ਼ੀਰ ਆਲਾ ਇਹ ਸਾਰੇ ਕਿਰਦਾਰ ਨੰਗੇ ਹੋਣੇ ਕਿਦੇ ਕਹਿਣ ਤੇ ਮਰੀਮ ਨਵਾਜ਼ ਨੂੰ ਗ੍ਰਿਫਤਾਰ ਕੀਤਾ ਗਿਆ ਕਿਦੇ ਕਹਿਣ ਤੇ ਨਵਾਜ਼ ਸ਼ਰੀਫ ਨੂੰ ਨੈਬ ਦੀ ਜੇਲ੍ਹ ਦੇ ਵਿੱਚ ਜ਼ਹਿਰ ਦਿੱਤਾ ਗਿਆ ਇਹ ਸਾਰੇ ਕਿਰਦਾਰ ਨੰਗੇ ਹੋਣੇ ਠੀਕ ਨਾ ਜੀ ਇਹ ਮਰੀਮ ਨਵਾਜ਼ ਜਿਹੜੀ ਹੈ ਇਹਨੇ ਉਹਨੂੰ ਵਜ਼ੀਰੇ ਆਲਾ ਪੰਜਾਬ ਬਣਨਾ ਹੈ ਅੱਲਾ ਦੇ ਫਜ਼ਲੁਕਰਮ ਦੇ ਨਾਲ ਔਰ ਇਹ ਜਿੰਨੇ ਵੀ ਕਿਰਦਾਰ ਨੇ ਜਿਹੜੇ ਪਿਛਲੇ 70 75 ਸਾਲ ਤੋਂ ਆਪਣੇ ਮੋਹਰੇ ਖੜੇ ਕਰਦੇ ਨੇ ਔਰ ਮੋਹਰੇ ਖੜੇ ਕਰਨ ਤੋਂ ਬਾਅਦ ਪਾਕਿਸਤਾਨ ਦਾ ਹੁਲੀਆ ਬਗਾੜਦੇ ਨੇ ਉਹ ਸਾਰੇ ਬੇਨਕਾਬ ਹੋਣੇ ਨੇ ਉਹ ਵਕਤ ਆ ਚੁੱਕਿਆ ਤੇ ਇਸ ਵਾਸਤੇ ਸਾਰਿਆਂ ਮਿਠਿਆਂਗੇ ਗੁਜ਼ਾਰਿਸ਼ ਕਿ ਮਰੀਮ ਨਵਾਜ਼ ਦੇ استقبال ਆਸਤੇ ਨਿਕਲੋ ਮਰੀਮ ਨਵਾਜ਼ ਆਸਤੇ ਭੇਮ ਚਲਾਓ ਔਰ ਸਾਡੀ ਇਹ ਦੁਆ ਵੀ ਹੈ ਖਾਸ ਵੀ ਹੈ ਕਿ ਮਰੀਮ ਆ ਕੇ ਜਾਰਹਾਨਾ ਸਿਆਸਤ ਕਰੇ ਕਿਉਂਕਿ ਪੰਜਾਬ ਦੇ ਵਾਸੀ ਖੜਾਕ ਮੰਗਦੇ ਨੇ ਖੜਾਕ ਚਾਹੀਦਾ ভোটার ਖੜਾਕ ਮੰਗਦਾ ਕਿ ਜਿੰਨੀਆਂ ਜ਼ਿਆਤੀਆਂ ਔਰ ਜ਼ੁਲਮ ਇਸ ਸੂਬੇ ਦੇ ਨਾਲ ਕੀਤਾ ਗਿਆ ਇਹ ਖੜਾਕ ਚਾਹੀਦਾ ਬਾਜੀ ਤੇ ਇਨਸ਼ਾਅੱਲਾ ਖੜਾਕ ਮਿਲੇਗਾ ਮਰੀਮ ਨਵਾਜ਼ ਸਾਹਿਬਾ ਨੂੰ ਅਸੀਂ ਖੁਸ਼ ਆਮਦੇਦ ਕਹਿੰਦੇ ਆਂ ਸਿਆਸੀ ਡੇਰਾ ਦੀ ਤਰਫੋਂ ਔਰ ਮੁਸਲਮ لیگ ਨੂਨ ওভারਸੀਜ਼ ਦੀ ਤਰਫੋਂ ਤੇ ਇਨਸ਼ਾਅੱਲਾ ਤਾਲਾ ਮਰੀਮ ਇਹ ਜਿੰਨੇ ਵੀ ਇਹ ਕਿਰਦਾਰ ਨੇ ਇਹਨਾਂ ਨੂੰ ਬੇਨਕਾਬ ਕਰੇਗੀ ਔਰ ਆਵਾਮ ਦੇ ਕਟਾਰੇ ਦੇ ਵਿੱਚ ਲਿਆ ਕੇ ਖੜਾ ਕਰੇਗੀ ਇਨਸ਼ਾਅੱਲਾ ਤਾਲਾ ਅਗਲੀ ਖਬਰ ਤੇ ਆਜੋ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਦੇ ਜਿਹੜੇ ਜਰਨਲ ਇਲੈਕਸ਼ਨ ਨੇ ਉਹਨਾਂ ਦੀ ਤਾਰੀਖ ਵੀ ਆ ਗਈ ਯਾਨੀ ਕਿ ਇਲੈਕਸ਼ਨ ਹੁਣ ਸਿਰ ਦੇ ਉੱਤੇ ਆ ਗਿਆ ਹੁਣ ਇੱਥੇ ਕੋਈ ਪਿੱਛੇ ਨਹੀਂ ਹਟ ਸਕਦਾ ਹੋ ਸਕਦਾ ਕੋਈ ਕਾਨੂੰਨੀ ਮਾਮਲਾ ਆ ਕੇ ਕੋਈ ਹਫਤਾ 10 ਦਿਨ 15 ਦਿਨ ਅੱਗੇ ਹੋ ਜਾਵੇ ਲੇਕਿਨ ਤਾਰੀਖ ਆ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਕਿਸ ਦਿਨ ਜਨਰਲ ਇਲੈਕਸ਼ਨ ਹੋਣਗੇ ਔਰ ਉਹਦੀ ਤਾਰੀਖ ਆਈ ਹੈ ਜੀ 13 ਅਪ੍ਰੈਲ 13 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਜਨਰਲ ਇਲੈਕਸ਼ਨ ਜਿਹੜਾ ਉਹ ਹੋਣਗੇ ਸੁਬਾਈ ਅਸੈਂਬਲੀ ਦੇ ਜਿਹੜੀ ਅਸੈਂਬਲੀ 5 ਸਾਲ ਆਸਤੇ منتخب ਕੀਤੀ ਜਾਏਗੀ 13 ਅਪ੍ਰੈਲ ਪੰਜਾਬ ਦੇ ਵਾਸੀਓ ਇੱਕ ਵਾਰੀ ਫਿਰ ਸੁਣ ਲਓ 13 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਜਨਰਲ ਇਲੈਕਸ਼ਨ ਜਿਹੜਾ ਉਹ ਹੋ ਰਿਹਾ ਆਪਣੀ ਆਪਣੀ ਤਿਆਰੀ ਫੜ ਲਓ ਪੰਜਾਬੀਓ ਹੁਣ ਇਹ ਤੁਹਾਡੇ ਕੋਲ ਵਕਤ ਹੈ ਕਿ ਜਿਹੜੀਆਂ ਜ਼ਿਆਤੀਆਂ 5 ਸਾਲ ਤੁਹਾਡੇ ਪੰਜਾਬ ਦੇ ਨਾਲ ਇਹ ਨਿਆਜ਼ੀ ਪੀਰਨੀ ਗੋਗੀ ਪਰਵੇਜ਼ ਲਈ ਬਾਜਵਾ ਔਰ ਉਸ ਤੋਂ ਬਾਅਦ ਫੈਜ਼ ਉਮੀਦ ਇਹ ਜਿਹੜਾ ਟੋਲਾ ਸੀ ਇਹ ਜਿਹੜੀ ਜ਼ਿਆਤੀ ਇਹਨਾਂ ਤੁਹਾਡੇ ਨਾਲ ਕੀਤੀ ਇਹ 5 ਸਾਲ ਬੁਜ਼ਦਾਰੇ ਦੀ ਸ਼ਕਲ ਦੇ ਵਿੱਚ ਔਰ ਤੁਹਾਡੇ ਹਸਦੇ ਵਸਦੇ ਪੰਜਾਬ ਨੂੰ ਇੱਕ ਖੁਸ਼ਹਾਲ ਸੂਬੇ ਨੂੰ ਖੰਡਰ ਬਣਾ ਦਿੱਤਾ ਇਹ ਹੁਣ ਤੁਹਾਡਾ ਵਕਤ ਆ ਗਿਆ ਤੁਸੀਂ ਵੋਟ ਦੀ ਤਾਕਤ ਦੇ ذریعے ਜਮਹੂਰੀਅਤ ਦੇ ذریعے ਆਪਣਾ ਵੋਟ ਇਸਤੇਮਾਲ ਕਰਕੇ ਤੇ ਆਪਣਾ ਹੱਕ ਤੁਸੀਂ ਵਾਪਸ ਲੈਣਾ ਔਰ ਆਪਣੇ ਮਨਪਸੰਦ ਲੋਕਾਂ ਨੂੰ ਤੁਸੀਂ ਵੋਟ ਦੇ ਕੇ ਆਪਣੇ ਪੰਜਾਬ ਦੇ ਨਾਲ ਜਿਹੜੀ ਜ਼ਿਆਤੀ ਹੋਈ ਹੈ ਉਹਦਾ ਤੁਸੀਂ ਹਿਸਾਬ-ਕਿਤਾਬ ਲੈਣਾ ਤੇ 13 ਅਪ੍ਰੈਲ ਨੂੰ ਪਟਵਾਰੀਓ ਤਿਆਰ ਹੋ ਜਾਓ ਔਰ ਆਪਣਾ ਸੂਬਾ ਜਿਹੜਾ ਹੈ ਇਹਨਾਂ ਕੋਲੋਂ ਬਚਾ ਲਓ ਅਗਲੀ ਖਬਰ ਇਮਰਾਨ ਖਾਨ ਦੀਆਂ ਵੀਡੀਓ ਦੇ ਬਾਰੇ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਕਿ ਤਕਰੀਬਨ ਕੁਝ 2 ਦਰਜਨ ਦੇ ਕਰੀਬ ਵੀਡੀਓ ਨੇ ਜਿਹੜੀਆਂ ਕਿ ਗੈਰ اخلاਕੀ ਨੇ ਆਡੀਓ ਤੇ ਤੁਸੀਂ ਸੁਣ ਲਈਆਂ ਨਾ ਆਇਲਾ ਮਲਕ ਦੇ ਨਾਲ ਤੇ ਉਹ ਇੱਕ ਸਹਾਵੀ ਔਰਤ ਦੇ ਨਾਲ ਤੇ ਸਾਰਾ ਛਮਕਾਂ ਛਾਂਟੇ ਅੱਗੋਂ ਪਿੱਛੋਂ ਕੱਚਾ ਰੂਟ ਪੱਕਾ ਰੂਟ ਸਾਰਾ ਕੁਝ ਤੁਸੀਂ ਸੁਣ ਲਿਆ ਮਤਲਬ ਇਹ ਸਾਰਾ ਕੁਝ ਤੁਸੀਂ ਸੁਣ ਲਿਆ ਨਾ ਹੁਣ ਇਹ ਵੀਡੀਓ ਆਸ-ਆਸਤਾ ਆਉਣੀਆਂ ਜਿਵੇਂ ਜਿਵੇਂ ਇنتخابات ਕਰੀਬ ਆਣ ਗਏ ਹੁਣ ਵੀਡੀਓ ਜਿਹੜੀਆਂ ਨੇ ਨਾ ਉਹ ਜਿਵੇਂ ਗੱਡੀਆਂ ਨਹੀਂ ਲੱਗੀਆਂ ਹੁੰਦੀਆਂ ਲੈਣ ਚ ਗੱਡੀਆਂ ਵਾਲੇ ਬੱਸਾਂ ਵਾਲੇ ਅੱਡੇ ਤੇ ਇਵੇਂ ਉਹਨਾਂ ਵੀਡੀਓ ਲੈਣ ਚ ਲੱਗ ਰਹੀਆਂ ਤੇ ਸਭ ਤੋਂ ਪਹਿਲੀ ਵੀਡੀਓ ਜਿਹੜੀ ਸਾਡੀ ਨਜ਼ਰ ਵਿੱਚ ਜਿਹੜੀ ਆ ਰਹੀ ਹੈ ਸਭ ਤੋਂ ਪਹਿਲੇ ਉਹਦੇ ਵਿੱਚ ਉਹ সুইমিং ਪੂਲ ਵਾਲੀ ਵੀਡੀਓ ਉਹਦੇ ਚ ਦੋ ਤਰ੍ਹਾਂ ਮਾਈਆਂ ਦੋ ਤਰ੍ਹਾਂ ਮੁੰਡੇ ਨੇ ਹਵਾਸ ਇਹਨਾਂ ਦੇ ਨਿਆਜ਼ੀ ਦੇ ਨਾਲ ਹਵਾਸ ਕੱਚੇ ਨਾ ਪਾਏ ਨੇ ਹਵਾਸ ਤੋਂ ਆਰੀ ਨੇ ਇਹ ਕੋਈ ਸਮਝਬੂਝ ਨਹੀਂ ਯਾਨੀ ਕਿ ਜ਼ਹਰੀ ਗਾਲੇ ਡੱਬੇ ਸ਼ੱਬੇ ਪੀਤੇ ਨੇ ਤੇ ਉੱਥੇ ਉਹ ਜਿਹੜੇ ਸਾਡੀ ਇਸਲਾਮੀ ਹਸਤੀਆਂ ਨੇ ਨਾ ਵੱਡੀਆਂ-ਵੱਡੀਆਂ ਜਾਂ ਮذਬੀ ਜਿਹੜੇ ਸਾਡੇ ਮਾਮਲਾਤ ਨੇ ਉਹਨੂੰ ਇਹ ਗਲਮ-ਗਲੋਚ ਕਰ ਰਿਹਾ ਹੈ ਇਹ ਹਵਾਸ ਬਖਤਾ ਹੋ ਕੇ ਤੇ ਕਹਿਣ ਵਾਲੇ ਕਹਿੰਦੇ ਨੇ ਕਿ ਇਹ ਵੀਡੀਓ ਜਿਹੜੀ ਹੈ ਨਾ ਇਹੋ ਹੀ ਕਾਫੀ ਹੋਏਗੀ ਇਹਦਾ ਇਹਦਾ ਸਾਰਾ ਕੰਮ ਜਿਹੜਾ ਹੈ ਨਾ ਉਹ ਖਾਤਮਾ ਇਹਦਾ ਕਰਨ ਵਾਸਤੇ ਤੇ ਵੀਡੀਓ ਵੀ ਆ ਰਹੀਆਂ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਦੀ ਤਾਰੀਖ ਵੀ ਆ ਗਈ ਤੇ ਮਰੀਮ ਨਵਾਜ਼ ਸ਼ਰੀਫ ਸਾਹਿਬਾ ਉਹ ਵੀ ਪਾਕਿਸਤਾਨ ਆ ਚੁੱਕੀ ਹੈ ਆ ਰਹੀ ਹੈ ਤੇ ਉਹਨਾਂ ਦਾ ਤੁਸੀਂ ਬੜ ਜੜ ਕੇ ਇਸਤਕਬਾਲ ਕਰੋ ਕਿਉਂਕਿ ਇਹ ਵਕਤ ਆਪਣੇ ਪੰਜਾਬ ਨੂੰ ਅਸੀਂ ਇਹਨਾਂ ਨੌ ਸਰਵਾਜ਼ਾਂ ਕੋਲੋਂ ਮਹਫੂਜ਼ ਬਣਾਣਾ ਹੈ ਬਹੁਤ ਸ਼ੁਕਰੀਆ